खेतीबाड़ी कानूनों, बिजली बिल और होर काले कानूनों के खिलाफ दिल्ली विखे चल रहे संघर्ष में कुल हिंद किसान सभा और कुल हिंद खेत मजदूर यूनियन भी बाकी जथेबंदियों के नाल मोढ़े नाल मोढ़ा जोड़ के हिस्सा पा रही हैं। जथेबंदी के आगू सुखप्रीत सिंह जौल और मेला सिंह रोड़का ने कहा कि इन काले कानूनों जागते लोग कदे भी मंजूर नहीं करनगे और पूरे देश अंदर ही केंद्र की सरकार नूं लोगों के रोह का सामना करना पै रहा है। देश की राजधानी में चल रहे संघर्ष अपनी तरह का पहला संघर्ष है जो अपनी फतेह की प्राप्ति तक लगातार जारी रहेगा। उन्होंने देश के लोगों को अपील की कि दिल्ली विखे चल रहे संघर्ष में वो तो वो शमूलियत की जाए। दिल्ली के ऑल इंडिया किसान सभा और देश दी लगभग 475 के करीब जिहड़ियां किसानां और मजदूरां दी जथेबंदियां वल्लों जिहड़ा जाम कीता होया आ धरना प्रदर्शन उहदे विच असीं सारे साथी पहुंचे आ। अज जिहड़ियां गल्लां बातां सरकार दे नाल भी कल जिहड़ी एक मीटिंग हुई आ उह बेसिट्टा रही क्योंकि कुछ कानूनां नूं लै के जिहड़ी सरकार मंनदी आ वी असीं इहनां नूं वापस लै लैंदे आ जिवें कि 2020 बिजली एक्ट जिहड़ा आ ਉਹਨੂੰ ਉਹ ਵਾਪਸ ਲੈਣ ਦੇ ਲਈ ਸਹਿਮਤ ਹੋ ਚੁੱਕੀ ਆ ਤੇ ਨਾਲ ਹੀ ਜਿਹੜਾ ਖੇਤਾਂ ਜਿਹੜੇ ਪੋਲਿਊਸ਼ਨ ਦਾ ਮਸਲਾ ਸੀ ਉਹਦੇ ਵਿੱਚੋਂ ਵੀ ਉਹਨੇ ਕਿਹਾ ਵੀ ਜਿਹੜਾ ਅਸੀਂ ਕਿਸਾਨਾਂ ਕਿਸਾਨੀ ਸ਼ਬਦ ਵਿੱਚੋਂ ਕੱਢ ਦਿੰਦੇ ਵੀ ਇਕੱਲੇ ਕਿਸਾਨਾਂ ਦੇ ਬਾਰੇ ਨਹੀਂ ਹੋਏਗਾ ਉਹ ਤੇ ਨਾਲ ਹੀ ਹੋਰ ਜਿਹੜੇ MSP ਦੇ ਮੁੱਦੇ ਤੇ ਵੀ ਲੈ ਕੇ ਦੇਣ ਨੂੰ ਤਿਆਰ ਆ ਪਰ ਸਾਡੇ ਜਿਹੜੇ ਕਿਸਾਨ ਆਗੂਆਂ ਨੇ ਇਹ ਤੈਅ ਕੀਤਾ ਆ ਵੀ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਨਾ ਚਿਰ ਇਹ ਸੰਘਰਸ਼ ਜਾਰੀ ਰਹੇਗਾ। ਭਾਵ ਜਿਹੜੀ ਅੱਜ ਤੋਂ 10 ਦਿਨ ਪਹਿਲਾਂ ਸਰਕਾਰ ਆਪਣੀਆਂ ਮਨਮਾਨੀਆਂ ਤੇ ਸੀ ਵੀ ਅਸੀਂ ਇੱਕ ਵੀ ਕਾਨੂੰਨ ਵਾਪਸ ਨਹੀਂ ਲੈਣਾ ਜਾਂ ਇਹਦੇ ਵਿੱਚ ਕੋਈ ਸੋਧ ਕਰਨੀ ਨਹੀਂ ਪਰ ਉਹ ਜਿਹੜੀ ਸਰਕਾਰ ਆ ਇਸ ਵੇਲੇ ਗੋਡਿਆਂ ਦੇ ਭਾਰ ਹੋ ਚੁੱਕੀ ਆ। ਉਮੀਦ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਝੁਕਾ ਕੇ ਜਿਹੜਾ ਇਹ ਐਕਸ਼ਨ ਆ ਸ਼ਾਂਤੀਪੂਰਵਕ ਚੱਲ ਰਿਹਾ ਸਰਕਾਰ ਨੂੰ ਝੁਕਾ ਕੇ ਜਿਹੜਾ ਅਸੀਂ ਜਿਹੜੇ ਸਾਰੇ ਜਿਹੜੇ ਖੇਤੀ ਨਾਲ ਸੰਬੰਧਿਤ ਕਾਨੂੰਨ ਆ ਉਹਨੂੰ ਰੱਦ ਕਰਾਉਣ ਦੇ ਵਿੱਚ ਅਸੀਂ ਸਫਲ ਹੋਵਾਂਗੇ। ਇਹਨਾਂ ਸ਼ਬਦਾਂ ਦਾ ਧੰਨਵਾਦ। ਅੱਜ ਅਸੀਂ ਦਿੱਲੀ ਤੋਂ ਬੋਲ ਰਹੇ ਹਾਂ ਸਿੰਘੂ ਬਾਰਡਰ ਤੋਂ। ਇੱਥੇ ਲੱਖਾਂ ਲੋਕਾਂ ਦਾ ਇਕੱਠ ਦੇਖ ਕੇ ਹਰ ਇੱਕ ਦਾ ਮਨ ਪ੍ਰਸੰਨ ਹੁੰਦਾ ਕਿ ਜੇ ਆਪਣੇ ਹੱਕਾਂ ਵਾਸਤੇ ਜੇ ਇਦਾਂ ਦੀ ਲੜਾਈ ਲੜੀ ਜਾਵੇ ਤਾਂ ਹੀ ਜਿਹੜੀ ਆ ਮਤਲਬ ਸਰਕਾਰਾਂ ਨੂੰ ਝੁਕਾਇਆ ਜਾ ਸਕਦਾ। ਅੱਜ ਜਿੱਥੇ ਖੇਤੀ ਨਾਲ ਸੰਬੰਧਿਤ ਕਾਨੂੰਨਾਂ ਦੀ ਗੱਲ ਹੈ ਜੇ ਇਹ ਕਾਨੂੰਨ ਵਾਪਸ ਨਾ ਹੋਏ ਤੇ ਆਉਣ ਵਾਲੇ ਸਮੇਂ ਦੇ ਦੌਰਾਨ ਬਹੁਤੇ ਹੋਰ ਵੇਲੇ ਆ ਖਾਸ ਕਰਕੇ ਕਿਰਤ ਨਾਲ ਵੱਜੇ ਹੋਏ ਉਹਨਾਂ ਕਾਨੂੰਨਾਂ ਉਹਨਾਂ ਬਿੱਲਾਂ ਨੇ ਮੁੜ ਕੇ ਜਦੋਂ ਕਾਨੂੰਨ ਬਣਨਾ ਇਹਦੇ ਨਾਲ ਬੜੀ ਵੱਡੀ ਪੱਧਰ ਤੇ ਜਿਹੜੀ ਬੇਰੁਜ਼ਗਾਰੀ ਫੈਲਣੀ ਆ ਲੋਕਾਂ ਕੋਲੋਂ ਕੰਮ ਖੋਏ ਜਾਣੇ ਆ ਤੇ ਕਾਰਪੋਰੇਟ ਰੇਟ ਕਰਾਣੇ ਜਿਹੜੇ ਆ ਹਰ ਇੱਕ ਮਹਿਕਮੇ ਦੇ ਵਿੱਚ ਆ ਕੇ ਉਹਨੀ ਸਾਡੇ ਸਾਰੇ ਜਿਹੜੇ ਮਤਲਬ ਸਾਡੇ ਕੰਮਕਾਰ ਆ ਉਹਨਾਂ ਨੂੰ ਖੋਣਾ। ਅੱਜ ਇਸ ਵਾਸਤੇ ਜਿੱਥੇ ਕਿਸਾਨਾਂ ਦੀ ਲੜਾਈ ਆ ਉੱਥੇ ਪੂਰੇ ਕਿਰਤੀ ਵਰਗ ਦੀ ਲੜਾਈ ਆ ਇਹਨੂੰ ਲੜਿਆਂ ਤੋਂ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ। ਬਸ ਜਿਹੜੇ ਲੋਕ ਹੱਲੇ ਘਰਾਂ 'ਚ ਬੈਠੇ ਆ ਜਾਂ ਇਸ ਸੰਘਰਸ਼ ਵਿੱਚ ਸ਼ਾਮਲ ਨਹੀਂ ਹੋਏ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਆਪਾਂ ਇਸ ਸੰਘਰਸ਼ ਨੂੰ ਲੜੀਏ ਤਾਂ ਕਿ ਆਉਣ ਵਾਲੇ ਜਿਹੜੇ ਹੋਰ ਕਾਨੂੰਨ ਬਣਨ ਵਾਲੇ ਆ ਉਹਨਾਂ ਨੂੰ ਰੋਕ ਲਾਈ ਜਾ ਸਕੇ। ਸਾਰਿਆਂ ਦਾ ਧੰਨਵਾਦ।